ਲਓ ਜੀ ਪਿਕਨਿਕ ਪ੍ਰੋਗਰਾਮ ਜੇ ਸਭ ਪਿਕਨਿਕ ਵਾਲੇ ਆਏ ਜੇ ਅੱਜ ਅੱਜ ਤੁਹਾਨੂੰ ਪਿਕਨਿਕ ਦਾ ਨਜ਼ਾਰਾ ਵਿਖਾਉਂਦੇ ਹਾਂ ਕਿ ਮਲੇਸ਼ੀਆ ਪਿਕਨਿਕ ਕਿੰਜੀ ਕੀਤੀ ਜਾਂਦੀ ਹੈ ਇਹ ਸਭ ਪਿਕਨਿਕ ਵਾਲੇ ਜਿੰਨੀ ਖਲਕਤ ਲਓ ਜੀ ਸੈਰ ਉਹ ਤਫਰੀਹ ਵਾਸਤੇ ਵੀਡੀਓ ਤੁਹਾਡੇ ਵਾਸਤੇ ਬਣ ਰਹੀ ਹੈ ਬਹੁਤ ਹੀ ਪਿਆਰਾ ਵਿਊ ਇਹ ਬਰਫ਼ਬਾਰੀ ਹੋਈ ਇੱਥੇ ਮਲੇਸ਼ੀਆ ਦੇ ਵਿੱਚ ਬਹੁਤ ਜ਼ਬਰਦਸਤ ਵਿਊ ਹੋ ਰਿਹਾ ਬੱਦਲ ਬਰਫ਼ਬਾਰੀ ਕਿਆ ਹੀ ਬਾਤ ਹੈ ਬਹੁਤ ਟਾਪ ਦਾ ਨਜ਼ਾਰਾ ਮੁੰਨੀ ਸਾਡੇ ਨਾਲ ਹੈ ਰਾਣਾ ਸਾਹਿਬ ਵੀ ਸਾਡੇ ਨਾਲ ਹੈ ਬਾਡੀਗਾਰਡ ਨੇ ਸਾਡੇ ਨਾ ਪਿੱਛੇ ਬੈਠੇ ਨੇ ਸਾਡੇ ਅਸੀਂ ਤੁਹਾਡਾ ਇਹਨਾਂ ਨਾਲ ਵੀ ਦਰਸ਼ਨ ਕਰਾਉਂਦੇ ਹਾਂ ਬਹੁਤ ਅੱਛੇ ਲੋਕ ਨੇ ਬਹੁਤ ਅੱਛੇ ਸਾਡੇ ਜਿਗਰ ਜਾਨ ਨੇ ਕੈਸਾ ਵਿਊ ਜ਼ਬਰਦਸਤ ਸਮਝ ਲਓ ਕਿ ਸਵਿਜ਼ਰਲੈਂਡ ਹੀ ਆ ਗਏ ਤੁਸੀਂ ਮਲੇਸ਼ੀਆ ਜਿਹੜਾ ਆ ਗਿਆ ਸਵਿਜ਼ਰਲੈਂਡ ਹੀ ਆ ਗਿਆ ਕੈਸਾ ਜ਼ਬਰਦਸਤ ਵਿਊ ਇੱਥੇ ਸ਼ਾਮ ਸ਼ਾਹ ਦੀ ਗੱਡੀ ਆ ਰਹੀ ਅੱਗੇ 35-68 ਸ਼ਾਮ ਸ਼ਾਹ ਇਹ ਗੱਡੀ ਹੈ ਸ਼ਾਮ ਸ਼ਾਹ ਦੀ 35-68 BKR ਸਿਆਲਕੋਟ ਠੀਕ ਹੈ ਬਾਬਾ ਸਿਆਲਕੋਟ ਸਾਰੇ ਸਿਆਲਕੋਟ ਵਾਲੇ ਜੇ ਠੀਕ ਹੈ ਬਾਹਰ ਬਾਰਿਸ਼ ਆ ਗਈ ਅਤੇ ਹੁਣ ਪਿਕਨਿਕ ਜਿਹੜੀ ਉਹ ਅੰਦਰ ਆ ਗਈ ਸਾਰੀ ਸਾਡੀ ਸਾਰੀ ਖਲਕਤ ਜਿੰਨੇ ਹੈ ਨੇ ਸਭ ਪਿਕਨਿਕ ਪਲੇਸ ਵਾਲੇ ਨੇ ਇੱਧਰ ਸੇ ਇੱਧਰ ਸੇ ਇੱਧਰ ਸੇ ਜਾਏ ਇੱਧਰ ਸੇ ਉੱਧਰੋਂ ਦੀ ਉੱਧਰੋਂ ਦੀ ਉੱਧਰੋਂ ਦੀ ਉੱਧਰੋਂ ਦੀ ਲਓ ਜੀ ਖੇਮਾ ਖੇਮੀ ਪਿਕਨਿਕ ਪਲੇਸ ਕੋਈ ਖਾ ਰਿਹਾ ਕੋਈ ਜਾ ਰਿਹਾ ਕੋਈ ਆ ਰਿਹਾ ਕੋਈ ਪਕਾ ਰਿਹਾ ਧੜਾ ਧੜ ਲਓ ਜੀ ਅੱਜ ਸਾਨੂੰ ਮਾਸ਼ਾਅੱਲਾ ਜਗ੍ਹਾ ਹੀ ਨਹੀਂ ਕੋਈ ਪਸੰਦ ਆਉਂਦੀ ਪਈ ਉੱਧਰੋਂ ਮੌਸਮ ਹੈ ਬਾਰਿਸ਼ ਹੁਣ ਕਿਹੜਿਆਂ ਰਸਤਿਆਂ 'ਚ ਅਸੀਂ ਪਾ ਲਈ ਗੱਡੀ ਅੱਗੇ ਲੱਗੀ 56-41 56-41 ਕਾਲੇ ਰੰਗ ਦੀ ਗੱਡੀ ਲੱਗੀ ਹੈ ਸਾਡੇ ਇਹਨੂੰ ਫਾਲੋ ਕਰਦੇ ਹਾਂ ਪਏ ਬਹੁਤ ਉਲਟ ਪਟੰਗ ਰਸਤੇ ਨੇ ਅਤੇ ਤੰਗ ਰੋਡ ਅਤੇ ਮੌਸਮ ਬਾਰਿਸ਼ ਉਹਨੂੰ ਫਾਲੋ ਕਰਦੇ ਜਾਂਦੇ ਹਾਂ ਅਸੀਂ ਵੀ ਪਿੱਛੇ ਪਿੱਛੇ ਨਾਲ ਤੁਹਾਨੂੰ ਵੀ ਵਿਖਾਉਂਦੇ ਹਾਂ ਨਜ਼ਾਰਾ ਵੇਖੋ ਮਲੇਸ਼ੀਆ ਦਾ ਜਿਹੜੇ ਮਲੇਸ਼ੀਆ ਵੇਖਣ ਵਾਲੇ ਨੇ ਉਹ ਬਿੰਦੇ ਵੇਖੋ ਕੈਸੇ ਕੈਸੇ ਰੋਡ ਨੇ ਇਹ ਪਿੰਡਾਂ ਦੇ ਵਿੱਚ ਰੋਡ ਕੋਈ ਆ ਜਾਂਦਾ ਕੋਈ ਜਿੱਦਣ ਜਾਣ ਡਏ ਹਾਂ ਅਸੀਂ ਸਿੰਗਲ ਰੋਡ ਜਿਵੇਂ ਸਾਰੇ ਪਿੰਡਾਂ ਥਾਵਾਂ ਦਾ ਏਰੀਆ ਜਿਵੇਂ ਪਿੰਡਾਂ ਦਾ ਹੁੰਦਾ ਨਾ ਪਿੰਡਾਂ ਥਾਵਾਂ ਦਾ ਏਰੀਆ ਸਾਰੇ ਜਿਹੜੇ ਮਲੇਸ਼ੀਆ ਦੇ ਪਿੰਡ ਨੇ ਲੇਕਿਨ ਪਿੰਡ ਵੀ ਜਿਹੜੇ ਇਹਨਾਂ ਦਾ ਜੰਗਲਾਂ 'ਚ ਹੀ ਹੁੰਦੇ ਨੇ ਅੱਜ ਦੇ ਸਾਰਾ ਸੂਰਤ ਤੇ ਹਾਲ ਜੰਗਲਾਂ 'ਚ ਹੀ ਇਹ ਇਹਨਾਂ ਦੇ ਘਰ ਨੇ ਆ ਪਿੰਡ ਇੰਝ ਹੀ ਪਿੰਡ ਇੱਕ ਹੈ ਘਰ ਇੱਕ ਉਹ ਉੱਤੇ ਘਰ ਬਣਾਇਆ ਇੰਝ ਹੀ ਘਰ ਬਣਾਉਂਦੇ ਨੇ ਬਹੁਤ ਅਜੀਬ ਰਸਤਾ ਲਓ ਜੀ ਇਹ ਆ ਗਿਆ ਪਿੰਡ ਦਾ ਪਿੰਡ ਦੀਆਂ ਦੁਕਾਨਾਂ ਇਹ ਦੇਖ ਸਕਦੇ ਤੁਸੀਂ ਇਹ ਪਿੰਡ ਹੈ ਅਤੇ ਪਿੰਡ ਦੀਆਂ ਦੁਕਾਨਾਂ ਨੇ ਕੈਸਾ ਨਿਜ਼ਾਮ ਹੈ ਪਿੰਡਾਂ ਦਾ ਪਿੰਡਾਂ ਵਾਲੇ ਅਸੀਂ ਵੀ ਜੱਟ ਪਿੰਡਾਂ ਵਾਲੀਆਂ ਦੁਕਾਨਾਂ ਨੇ ਫਸਟ ਕਲਾਸ ਗੱਡੀ ਦੇ ਓਵਰਟੇਕ ਕਰਨਾ ਮੁਸ਼ਕਿਲ ਪ੍ਰੋਬਲਮ ਇਹ ਸਾਰੇ ਪਿੰਡ ਜੇ ਇਹਨਾਂ ਦੇ ਮਲੇਸ਼ੀਆ ਵਾਲਿਆਂ ਦੇ ਘਰ ਬਾਹਰ ਲੇਕਿਨ ਬਾਹਰ ਮੌਸਮ ਬਰਸਾਤੀ ਹੈ ਬਰਸਾਤ ਦਾ ਮੌਸਮ ਬਾਹਰ ਲਓ ਜੀ ਆ ਗਏ ਆ ਗਏ ਪਾਰਕ ਨਹਾਉਣ ਵਾਲੀ ਮੌਸਮ ਖਰਾਬ ਬੱਦਲ ਬਾਰਿਸ਼ ਬਹੁਤ ਜ਼ਿਆਦਾ ਲਓ ਜੀ ਸਾਡੀ ਵੀ ਖਲਕਤ ਜਿਹੜੀ ਤਾਂ ਪਾਣੀ 'ਚ ਵੜ ਗਈ ਹੈ ਉਧਰੋਂ ਬਾਰਿਸ਼ ਅਤੇ ਉਧਰੋਂ ਪਾਣੀ ਲੋਕ ਫਿਰ ਵੀ ਨਹਾਈ ਜਾਣ ਤੜਾ ਤੜ ਝਾਲ ਨੇ ਲਓ ਜੀ ਆ ਕਿੱਕ ਕੈਸੀਆਂ ਦੇਖੋ ਆ
ਕਿਹਾ ਨਿਜ਼ਾਮ ਨਾ ਆ ਰਿਹਾ ਬੱਚਾ, ਨਿੱਕੇ ਨਿੱਕੇ ਬੱਚੇ ਖੁਸ਼, ਉੱਥੋਂ ਮੌਸਮ ਖਰਾਬ ਅਤੇ ਬਾਰਿਸ਼ ਕਿਆਸੇ ਜ਼ਬਰਦਸਤ ਨਾਹੀਆਂ ਘਰ ਨਾ, ਉਹ ਪਿੱਛੇ ਖਲਕਰ ਬੈਠੀ ਹੈ, ਉਦੋਂ ਮੌਸਮ ਜਿਹੜਾ ਉਹ ਖਰਾਬ ਹੈ, ਬਾਰਿਸ਼ ਲੱਥੀ ਹੈ ਫੁੱਲ, ਲੇਕਿਨ ਟੋਟਲ ਹੈ ਦੁਨੀਆ ਦੁਨੀਆ ਖੁਸ਼ਹਾਲ। ਕਿੱਥੇ ਕਿੱਥੇ ਜਵਾਨ ਬੈਠੇ ਹੈ, ਆਹ ਦੇਖੋ ਇਹਨਾਂ ਦਾ ਹਾਲ, ਅਜੇ ਉੱਧਰ ਨਹਾਓ, ਉੱਧਰ ਨਹਾਓ ਵਿੱਚ, ਹੈ ਵੇਖੋ ਜੀ ਕਿੱਥੇ ਆਈ ਬਾਤ, ਪਿੱਛੇ ਦੇਖ ਲਓ ਜੀ ਕਿਵੇਂ ਕਰਾਉਂਦੇ ਆ, ਬਹੁਤ ਜ਼ਿਆਦਾ ਜਿਹੜੇ ਨੇ ਲੋਕ ਆਏ ਨੇ ਸੈਰ ਤਫਰੀਹ ਵਾਸਤੇ, ਛੁੱਟੀਆਂ ਨੇ, ਛੁੱਟੀਆਂ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਆਏ ਨੇ, ਕੈਂਪਿੰਗ ਕੀਤੀ ਸਾਰੇ। ਲੰਘਦੇ ਜਾਓ ਜੀ, ਕਾਫੀ ਤਾਦਾਦ